ਮੇਰੇ ਪ੍ਰਭੂ ਰਾਮ ਆਏ ਹੈ, ਮੇਰੇ ਪ੍ਰਭੂ ਰਾਮ ਆਏ ਹੈ। ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਹੈ ਸ਼ੋਭਾ ਯਾਤਰਾ ਵਿੱਚ। ਔਰ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਦਾ ਜਦੋਂ ਵੀ ਨਾਂ ਲਿੱਤਾ ਉਹ ਹਮੇਸ਼ਾ ਮੇਰੇ ਨਾਲ ਚੱਲਿਆ। ਅੱਜ ਸਾਡਾ ਹੀ 500 ਸਾਲ ਦਾ ਸੁਪਨਾ ਪੂਰਾ ਹੋਇਆ ਅਤੇ 500 ਸਾਲ ਸਾਡੇ ਪੂਰੀ ਨੇ ਸੁਪਨਾ ਦੇਖਿਆ ਸੀ ਪ੍ਰਭੂ ਰਾਮ ਦੇ ਮੰਦਰ ਦਾ, ਜਿਹੜੀ ਸਾਡੇ ਲੱਕੀ ਆਦਮੀ ਆ ਜਿਹੜੇ ਅਸੀਂ ਸਾਕਾਰ ਹੋਇਆ। ਔਰ ਪ੍ਰਭੂ ਰਾਮ ਨੇ ਸਾਡੇ 'ਤੇ ਕਿਰਪਾ ਰੱਖੀ ਹੈ ਔਰ ਅੱਗੇ ਵੀ ਕਿਰਪਾ ਰੱਖੇਗਾ। ਸਾਡੀ ਬੜੇ ਖੁਸ਼ੀ ਆ ਦਿੰਦਾ ਇਸ ਵਾਸਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹਦਾ ਬਹੁਤ ਬਹੁਤ ਵਧਾਈ ਦਿੰਦਾ। ਔਰ ਪਰਮਾਤਮਾ ਕਰੇ ਸਾਡੇ ਖਾਸ ਕਰਕੇ ਗੁਰੂ ਨਗਰੀ 'ਤੇ ਜੈ ਸ਼੍ਰੀ ਰਾਮ ਦੀ ਕਿਰਪਾ ਰਵੇ ਔਰ ਗੁਰੂ ਨਗਰੀ ਇਸ ਤਰ੍ਹਾਂ ਹੀ ਸਾਰਿਆਂ ਦੇ ਪਵਿੱਤਰ ਤਿਉਹਾਰ ਮਨਾਉਂਦੇ ਰਹੇ। ਮੈਂ ਇੱਕ ਚੀਜ਼ ਦੇਖੀ ਹੈ ਕਿ ਆਪਾਂ ਇਹ 15 ਦਿਨਾਂ 'ਚ ਜੈ ਸ਼੍ਰੀ ਰਾਮ ਦਾ ਨੈਣ ਇੰਨੀ ਵਾਰੀ ਲਿੱਤਾ ਜਿੰਨਾ ਅਸੀਂ 50 ਸਾਲਾਂ 'ਚ ਲਿੱਤਾ। ਇਹ ਪ੍ਰਭੂ ਰਾਮ ਦੀ ਕਿਰਪਾ ਹੈ, ਅਸੀਂ ਲੋਕ ਕੁਛ ਵੀ ਨਹੀਂ ਹੈਗੇ, ਅਸੀਂ ਕੁਛ ਵੀ ਨਹੀਂ ਕੀਤਾ। ਇਹ ਜੋ ਕੁਛ ਕਰਵਾ ਰਹੇ ਉਹ ਆਪਣੇ ਆਪ ਹੀ ਕਰਵਾ ਰਿਹਾ ਔਰ ਜੋ ਕੁਛ ਵੀ ਕਰ ਰਹੇ ਹਾਂ ਉਸ ਪ੍ਰਭੂ ਰਾਮ ਵੀ ਕਰ ਰਿਹਾ। ਔਰ ਇਹਦਾ ਜਿਹੜਾ ਸ਼੍ਰੇਅ ਹੈ ਉਹ ਜ਼ਰੂਰ ਇੱਕ ਵਾਰੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ, ਜਿਨ੍ਹਾਂ ਨੇ ਇੱਕ ਬੜਾ ਇਫੈਕਟਿਵ ਸਟੈਪ ਲੈ ਕੇ ਜਿਹੜੀ 500 ਸਾਲ ਦਾ ਸੁਪਨਾ ਸੀ ਸਾਡਾ ਪੂਰਾ ਕੀਤਾ। ਪ੍ਰਭੂ ਰਾਮ ਉਹਨਾਂ ਦੀ ਵੀ ਜਿਹੜੀ ਹੈ ਆਯੂ ਲੰਬੀ ਕਰੇ ਔਰ ਇਸ ਤਰ੍ਹਾਂ ਹੀ ਜਿਹੜੇ ਬੋਲਡ ਸਟੈਪ ਚੁੱਕਦੇ ਰਹਿਣ ਔਰ ਅਸੀਂ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਅਸੀਂ ਕਾਰੋਬਾਰ ਕਰਦੇ ਰਹੀਏ। ਔਰ ਮੈਂ ਸਾਰਿਆਂ ਨੂੰ ਇੱਕੋ ਅਪੀਲ ਕਰਨਾ ਕਿ ਅੱਜ ਦਾ ਦਿਨ ਇੰਨਾ ਵਧੀਆ ਦਿਨ ਹੈ ਔਰ ਇਸ ਤੋਂ ਇਲਾਵਾ ਜਿਹੜੇ ਝੰਡੇ ਲਗਾਇਆ ਜੈ ਸ਼੍ਰੀ ਰਾਮ ਦੇ ਉਹਨਾਂ ਨੂੰ ਬਾਅਦ ਦੇ ਵਿੱਚ ਵੀ ਬੜੇ ਤਰੀਕੇ ਦੇ ਨਾਲ ਸੰਭਾਲ ਕੇ ਘਰਾਂ 'ਚ ਰੱਖਣ ਤਾਂ ਕਿ ਬਾਅਦ ਦੇ ਵਿੱਚ ਇਸ ਝੰਡਿਆਂ ਨੂੰ ਪੈਰਾਂ 'ਚ ਨਾ ਰੋਲਿਆ ਜਾਵੇ। ਇਹ ਸਾਡੀ ਆਸਥਾ ਦਾ ਸਵਾਲ ਹੈ। ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮੈਂ ਅਨਿਲ ਮਹਿਰਾ ਜੀ ਦਾ ਜੋ ਪ੍ਰਯਾਸ ਹੋਇਆ ਮੇਰੇ ਨਾਲ ਮੇਰੇ ਛੋਟੇ ਭਾਈ ਡਾਕਟਰ ਹਰਵਿੰਦਰ ਸੰਧੂ ਜੀ ਜ਼ਿਲ੍ਹਾ ਪ੍ਰਧਾਨ BJP ਵੀ ਆਏ ਨੇ, ਗੌਤਮ ਅਰੋੜਾ ਜੀ ਵੀ ਨੇ ਔਰ ਬਾਕੀ ਉੱਘੇ ਲੀਡਰ ਸਾਰੇ ਅੰਮ੍ਰਿਤਸਰ ਦੀ ਅਲੱਗ ਅਲੱਗ ਪਾਰਟੀਆਂ ਨੇ ਮਹਿਰਾ ਜੀ ਨੇ ਬੁਲਾਏ ਨੇ ਔਰ ਭਗਵਾਨ ਰਾਮ ਦੀ ਜੋ ਅੱਜ ਇਹ ਦਿਨ ਯਾਦਗਾਰ ਹੈ ਉਹਨੂੰ ਮਨਾ ਰਹੇ ਹਾਂ। ਸੋ ਬਹੁਤ ਬਹੁਤ ਜੈ ਸ਼੍ਰੀ ਰਾਮ।